ਉਹ ਸਿਰਫ ਇਸ ਇੱਕ ਸਟੇਟਮੈਂਟ ਦੇ ਉੱਤੇ ਕਿ ਹੂੰ ਤੁਸੀਂ ਕਹੀ ਜਾਂਦੇ ਏ ਅਮਰਤਪਾਲ ਦੇ ਬਾਰੇ ਪੇ ਦਾ ਬੰਦ ਖਤਮ ਬਸ ਇਦਾਂ ਇਦਾਂ ਨਹੀਂ ਉਹ ਤੁਸੀਂ ਉਸ ਵੇਲੇ ਦੇਖ ਲਓ ਇਦਾਂ ਕਿਹਾ ਸੀ ਦੇਖੋ ਕੀ ਬਣਾਇਆ ਉਹਨੇ ਠੀਕ ਹੈ ਤੇ ਅੱਜ ਵੀ ਅਜੇ ਵੀ ਤੇ ਹੁਣ ਇੱਥੋਂ ਕੀ ਹੁੰਦਾ ਮਤਲਬ ਗੱਲ ਕੀ ਗੱਲ ਕੀ ਹੁੰਦੀ ਹੈ ਜਦੋਂ ਤੁਸੀਂ ਲਹਿਰਾਂ ਨੂੰ ਦੇਖਣਾ ਨਾ ਕਿਸੇ ਸਮਾਜਿਕ ਲਹਿਰਾਂ ਨੂੰ ਕਾ ਉਹਦੇ ਚ ਦੋ ਗੱਲਾਂ ਧਿਆਨ ਚ ਰੱਖਣੀਆਂ ਪੈਣੀਆਂ ਵੀ ਉਹ ਲਹਿਰ ਦਾ ਕਾਰਨ ਕੀ ਹੈ ਆ ਆ ਜਿਹੜਾ ਜਦੋਂ ਨਾ ਸਮਾਜ ਵਿਗਿਆਨ ਬਾਰੇ ਬੁੱਲਣ ਲੱਗਦਾ ਠੀਕ ਹੈ ਫਿਰ ਮੈਨੂੰ ਇਦਾਂ ਤਕਲੀਫ ਹੁੰਦੀ ਆ ਵੀ ਦੇਖੋ ਸਮਝਦਾਰ ਬੰਦੇ ਆ ਜਾਣਦੇ ਆ ਇਹ ਠੀਕ ਹੈ ਪਰ ਜਿਹਦੇ ਬਾਰੇ ਚ ਜਿਹਦੇ ਪੱਖ ਵਿੱਚ ਜਿਹਨੂੰ ਪ੍ਰਮੋਟ ਕਰਨ ਲਈ ਬੋਲਣਾ ਆ ਉਸ ਵੇਲੇ ਸਾਰਾ ਕੁਛ ਨੂੰ ਭੁੱਲ ਜਾਂਦਾ ਹੈ ਵੀ ਮੇਰੀ ਕਹੀ ਹੋਈ ਗੱਲ ਇਦਾਂ ਨਹੀਂ ਹੋ ਜਾਣੀ ਹੁਣੇ ਕਾਰਨ ਦੱਸਣ ਲੱਗਾ ਪਿੱਲਾਰਾਂ ਉੱਪਤੀਆਂ ਕਿਉਂ ਠੀਕ ਹੁਣ ਇਹ ਜਿਹੜੇ ਨਿਜਮ ਆ ਇਦਾਂ ਜੇ ਕੋਈ ਬੰਦਾ ਕਹੇ ਵੀ ਦੇਖੋ ਜੀ ਜਿਹੜੀ ਸੁਸਾਇਟੀ ਆ ਜਦੋਂ ਜਿਹੜਾ ਸਮਾਜ ਆ ਜੇ ਹੁਣ ਘਰ ਦੀ ਗੱਲ ਕੋਈ ਕਹੇ ਬਤਾ ਵੀ ਜਿਹੜਾ ਘਰ ਆ ਘਰ ਦੇ ਵਿੱਚ ਕਲੇਸ਼ ਪੈਣ ਦੇ ਇਹ ਕਾਰਨ ਹੋ ਸਕਦੇ ਆ ਬੰਦਾ ਕਹਿੰਦਾ ਵੀ ਦੇਖੋ ਵੀ ਜਦੋਂ ਭਰਾਵਾਂ ਦੇ ਵਿੱਚ ਜ਼ਮੀਨ ਵੰਡ ਦਾ ਕੱਟਾ ਉਹ ਕਹਿੰਦੇ ਜੀ ਮੁੰਡਾ ਤਾਂ ਇਕੱਲਾ ਹੀ ਆ ਉਹ ਕਾਰਨ ਤਾਂ ਖਤਮ ਹੋ ਗਿਆ ਜ਼ਮੀਨ ਦੀ ਵੰਡ ਦੀ ਤਾਂ ਗੱਲ ਹੀ ਨਹੀਂ ਰਹੀ ਹੁਣ ਅਗਲਾ ਕਹੇ ਵੀ ਦੇਖੋ ਜਦੋਂ ਵਿਆਹ ਹੋ ਕੇ ਬੋਟੀ ਆਉਂਦੀ ਆ ਜੀ ਨਣਾਨ ਪਰੇਸ਼ਾਨ ਕਰਦੀ ਆ ਉਹ ਕਹਿੰਦੇ ਜੀ ਕੁੜੀ ਵਿਆਹੀ ਹੋ ਕੁੜੀ ਤਾਂ ਆਪਣੇ ਘਰ ਚ ਸੁਖੀ ਆ ਉਹ ਤਾਂ ਬਹੁਤ ਘਟ ਆਉਂਦੀ ਆ ਹੁਣ ਜਦੋਂ ਤੁਸੀਂ ਇਦਾਂ ਇਦਾਂ ਸਮਾਜ ਵਿਗਿਆਨ ਨੂੰ ਨਿਜਮਾ ਨੂੰ ਦੱਸਣ ਲੱਗਦੇ ਆ ਲਾਗੂ ਕਰਨ ਲੱਗਦੇ ਆ ਉਦੋਂ ਲਿਪਾ ਪੂਚੀ ਕਰਕੇ ਨਹੀਂ ਸਰ ਜਾਣਾ ਪਰ ਇਹਨਾਂ ਦਾ ਡਰਾਮਾ ਸੁਣਿਓ ਕਿੱਥੋਂ ਪੈਦਾ ਹੋ ਰਹੀ ਹੈ ਭੁਏ ਕਿਹੜੀ ਹੈ ਜਿੱਥੋਂ ਜਨਮ ਲੈ ਰਹੀ ਹੈ ਉਹ 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 ਨੂੰ ਆਪਾਂ ਕਹਿੰਦੇ ਨੇ ਇੱਕ ਬਾਹਰ ਮੁੱਖੀ ਫੈਕਟਰ ਕੰਡੀਸ਼ਨਸ ਹਾਲ ਤਾਂ ਸਮਾਜਿਕ ਰਾਜਨੀਤਿਕ ਧਾਰਮਿਕ ਮਨੋਵਿਗਿਆਨਕ ਇਨੇ ਕਾ ਕਿਸਮ ਦੇ ਮਤਲਬ ਉਸ ਅਸਪੈਕਟ ਹੁੰਦੇ ਨੇ ਉਹ ਕੋਈ ਬਹੁਤ ਇਨਾ ਸਿੰਪਲ ਜਿਹਾ ਫਨੋਮਨਾ ਨਹੀਂ ਹੁੰਦਾ ਨਹੀਂ ਸਿੰਪਲ ਕਿਉਂ ਨਹੀਂ ਹੁਣ ਤੁਸੀਂ ਵਿਦਵਾਨ ਕਹਤੇ ਆ ਹੁਣ ਇਹ ਗੱਲ ਸਾਨੂੰ ਸਮਝ ਆ ਗਈ ਕਿ ਜਦੋਂ ਲਹਿਰ ਉੱਠਦੀ ਆ ਕੋਈ ਕੋਈ ਵਿਦਰੋਹ ਹੁੰਦਾ ਆ ਕੋਈ ਅਸੀਂ ਲੈਨਨ ਦਾ ਕਹਿੰਦੇ ਆ ਕਿ ਵਿਦਰੋਹ ਹੋਇਆ ਉਹਦੇ ਉਹਦੇ ਕਾਰਨ ਆ ਸਮਝੀਦੇ ਆ ਸਾਫ ਜੇ ਫ੍ਰਾਂਸੀਸੀ ਕ੍ਰਾਂਤੀ ਆਈ ਆ ਸਾਨੂੰ ਦੀਦੇ ਹਾਲਾਂਕਿ ਨੈਪੋਲੀਅਨ ਜਦੋਂ ਉਹ ਕ੍ਰਾਂਤੀ ਸ਼ੁਰੂ ਹੋਈ ਆ ਉਸ ਵੇਲੇ ਇੱਕ ਸਿਪਾਹੀ ਸੀਗਾ ਗੱਲ ਉਸ ਵੇਲੇ ਲੋਕਾਂ ਦਾ ਰਾਜ ਲਿਆਉਣ ਦੀ ਹੋਈ ਸੀ ਉਹ ਲੜਾਈ ਚੱਲਦਿਆਂ ਚੱਲਦਿਆਂ ਕੋ ਸਟੇਜ ਐ ਸੀ ਪਹੁੰਚੀ ਉਹ ਬਣ ਕੇ ਹੀਰੋ ਇਸ ਤਰੀਕੇ ਨਾਲ ਚਮਕਿਆ ਉਹਨੇ ਹਾਲਾਤ ਦੇਖੇ ਉਸ ਵੇਲੇ ਵੀ ਨਹੀਂ ਭਾਈ ਇਹਨੇ ਮਿਹਨਤ ਕੀਤੀ ਐ ਨਾ ਕੁਝ ਹੋਇਆ ਐ ਜੇ ਇਸ ਤਰੀਕੇ ਨਾਲ ਛੱਡਿਆ ਇਹਨੂੰ ਹੁਣ ਇਹ ਤਾਂ ਉਦੋਂ ਵੀ ਬੱਤਰ ਹੋ ਜਾਣਾ ਉਹ ਚੱਕ ਕੇ ਉਹ ਆਪ ਕਮਾਂਡਰ ਬਣ ਗਿਆ ਚੱਕ ਟਾਈਮ ਪਾ ਕੇ ਥੋੜਾ ਡਿਕਟੇਟਰ ਬਣ ਗਿਆ ਤੁਸੀਂ ਬਹੁਤ ਵਾਰ ਇਹੋ ਜਿਹੇ ਹਾਲਾਤਾਂ ਵਿੱਚੋਂ ਵਿਚਰਦੇ ਆ ਜਿੱਥੇ ਪਰਿਵਾਰਾਂ ਦੇ ਵਿੱਚ ਵੀ ਹੁੰਦੀ ਆ ਜਿੱਥੇ ਜਾਂਦਿਆਂ ਜਾਂਦਿਆਂ ਤੁਹਾਨੂੰ ਬੇਸ਼ੱਕ ਤੁਸੀਂ ਸਾਰਿਆਂ ਦੀ ਸਲਾਹਾਂ ਕਰ ਰਹੇ ਹੁੰਦੇ ਆ ਇੱਕ ਸਟੇਜ ਆਉਂਦੀ ਓਸ ਵੇਲੇ ਤੁਹਾਨੂੰ ਪਤਾ ਲੱਗਦਾ ਕਿ ਹੁਣ ਤਾਂ ਡਿਸੀਜਨ ਲੈਣਾ ਪੈਣਾ ਨਹੀਂ ਤਾਂ ਸਾਰਾ ਕੁਝ ਸਾਰੀ ਮਿਹਨਤ ਖਰਾਬ ਹੋ ਜਾਣੀ ਹੈ ਉਹ ਗੱਲ ਸੈਕੰਡਰੀ ਬਾਅਦ ਵਿੱਚ ਵਾਪਰਦੀ ਆ ਪਰ ਜਦੋਂ ਤੁਸੀਂ ਇਹ ਦੱਸਣਾ ਹੈ ਕਿ ਲੜਾਂ ਉੱਠਦੀਆਂ ਕਿਉਂ ਆ ਬਦਰੋਹ ਹੁੰਦੇ ਕਿਉਂ ਬਗਾਵਤਾਂ ਕਿਉਂ ਹੁੰਦੀਆਂ ਉਹਦੇ ਲਈ ਜਿਹੜੇ ਬਾਹਰਮੁਖੀ ਕਾਰਨ ਨੇ ਆ ਭਾ ਚਾਹੇ ਉਹ ਧਾਰਮਿਕ ਆ ਚਾਹੇ ਇਕਨੋਮਿਕਲ ਆ ਚਾਹੇ ਮਨੋਵਿਗਿਆਨਕ ਆ ਕਿਸੇ ਤਰ੍ਹਾਂ ਦਾ ਕੁਛ ਤੇ ਸਰੀਰ ਤੇ ਅਤਿਆਚਾਰ ਹੋਇਆ ਕਿਸੇ ਨੂੰ ਕੋਈ ਹੁਣ ਅਸੀਂ ਪੰਜਾਬ ਦੇ ਬਾਰੇ ਜੇ ਅਸੀਂ ਗੱਲ ਕਹੀਏ ਠੀਕ ਹੈ ਹੁਣ ਸਾਡੇ ਜਿਹੜੇ ਆਰਥਿਕ ਮਸਲੇ ਆ ਉਹਨਾਂ ਨਾਲ ਅਸੀਂ ਪਾਣੀ ਦਾ ਮਸਲਾ ਕਹਿ ਸਕਦੇ ਆ ਠੀਕ ਹੈ ਸਾਡੇ ਰੋਜ਼ਗਾਰ ਦੇ ਸੰਬੰਧ ਵਿੱਚ ਆ ਸਾਡੀ ਮਿਲਟਰੀ ਦੇ ਵਿੱਚ ਭਰਤੀ ਪਹਿਲਾਂ ਜਿਆਦਾ ਹੀ ਹੁੰਦੀ ਸੀ ਪੰਜਾਬ ਚ ਨੌਕਰੀਆਂ ਨਹੀਂ ਮਿਲ ਰਹੀਆਂ ਕਰ ਹੈਨਾ ਅਸੀਂ ਅਸੀਂ ਪਾਣੀ ਧਰਤੀ ਦੇ ਥੱਲੇੋਂ ਪਾਣੀ ਖਤਮ ਹੋ ਰਿਹਾ ਬਿਜਲੀ ਸਾਡੀ ਉਹ ਲੈ ਕੇ ਜਾ ਰਹੇ ਅਸੀਂ ਕਹਿੰਦੇ ਨਸ਼ੇ ਸਰਕਾਰ ਲਿਆ ਕੇ ਪੰਜਾਬ ਦੇ ਵਿੱਚ ਕਰ ਰਹੀ ਹੈ ਜਿਹੜੇ ਜਿਹੜੇ ਆਬਜੈਕਸ਼ਨ ਅਸੀਂ ਕਹਿ ਰਹੇ ਅਸੀਂ ਇਹ ਹੁਣ ਇਹ ਕਹਿਣਾ ਚਾਹੁੰਦਾ ਕਿ ਇਦਾਂ ਹਰੇਕ ਥਾਂ ਤੇ ਜਿੱਥੇ ਕੋਈ ਲਹਿਰ ਉੱਠਦੀ ਆ ਉਹਦੇ ਕੁਝ ਕਾਰਨ ਹੁੰਦੇ ਜਿਹੜੇ ਬਾਹਰਮੁਖੀ ਕਰਨੇ ਹੁਣ ਉਹਨਾਂ ਨੂੰ ਦੇਖੋ ਇੱਕ ਚੀਜ਼ ਦਾ ਖਿਆਲ ਰੱਖਿਓ ਆਪਣੇ ਵਾਲੇ ਦੁਆਲੇ ਮੈਂ ਨਿਊਜ਼ੀਲੈਂਡ ਦੇ ਵਿੱਚ ਜਦੋਂ ਮੈਂ ਤਾਂ ਹੁਣੇ ਤੁਹਾਨੂੰ ਮੈਂ ਕਹਿਣੇ ਲੱਗਾ ਮੇਰੇ ਸੱਤ ਅੱਠ ਬੰਦੇ ਦਿਮਾਗ ਦੇ ਵਿੱਚ ਆ ਗਏ ਇਦਾਂ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਇਹ ਹੁੰਦਾ ਵੀ ਕੋਈ ਘਰ ਆ ਚਾਹੇ ਅਸੀਂ ਗੁਰਦੁਆਰਾ ਦੇਖ ਲਈਏ ਚਾਹੇ ਇੱਕ ਕੰਟਰੀ ਦੇ ਵਿੱਚ ਸਾਡੀ ਕਮਿਊਨਿਟੀ ਆ ਠੀਕ ਆ ਪੰਜਾਬ ਸਟੇਟ ਆ ਜਾਂ ਇੰਡੀਆ ਆ ਜਾਂ ਸਾਰੀ ਦੁਨੀਆ ਦੇ ਵਿੱਚ ਅਸੀਂ ਦੇਖੀਏ ਇੱਕ ਤਾਂ ਇਹ ਹੁੰਦਾ ਆ ਪਈ ਜਿਸ ਕਮਿਊਨਿਟੀ ਨਾਲ ਜਿਸ ਸਮੁਦਾਇ ਨਾਲ ਜਿਸ ethnicities ਨਾਲ ਜਿਹੜੀ ਨੇਸ਼ਨ ਨਾਲ ਜਿਹੜੀ ਕੌਮ ਨਾਲ ਜਿਹੜੇ ਧਰਮ ਨਾਲ ਸੀ ਸੰਬੰਧਤਿਆਂ ਉਹਦੇ ਤੇ ਕੋਈ ਜੁਰਮ ਹੋ ਰਿਹਾ ਆ ਤੇ ਫਿਰ ਕੋਈ ਬੰਦਾ ਉੱਠਦਾ ਆ ਚਾਹੇ ਉਹ ਨਾਨਕ ਆ ਚਾਹੇ ਕਬੀਰ ਆ ਠੀਕ ਆ ਉਹਨੂੰ ਲੱਗਦਾ ਪਈ ਨਹੀਂ ਇਹ ਇਹ ਬਾਵਰ ਧੱਕਾ ਕਰ ਰਿਹਾ ਇੱਕ ਤਾਂ ਉਹ ਐਂਗਲ ਆ ਠੀਕ ਆ ਇੱਕ ਉਹਦੇ ਉਲਟ ਸਵਾਰਥੀ ਜਿਹੜਾ ਖੁਦਗਰਜ਼ ਬੰਦਾ ਆ ਜਿਹੜਾ ਬੈਠਾ ਦੇਖ ਰਿਹਾ ਇਦਾਂ ਪਈ ਤੁਸੀਂ ਨਾ ਮੈਂ ਸੀਰੀਅਲ ਜਾਂ ਫਿਲਮ ਦੇਖਦਾ ਹੁੰਦਾ ਜਦੋਂ ਠੀਕ ਹੈ ਮੈਂ ਉਹਦੇ ਵਿੱਚ ਜਦੋਂ ਉਹ ਜੋ ਗੱਲ ਕਹਿ ਰਹੇ ਆ ਵੀ ਜੇ ਹੁਣ ਕੋਈ ਨੋ ਨੇ ਗੱਲ ਕਹੀ ਆ ਸੱਸ ਗਰਮ ਹੋ ਗਈ ਇਕਦਮ ਹਨਾ ਉਹਨੇ ਸੱਸ ਨੇ ਆਪਣੇ ਮੁੰਡੇ ਨੂੰ ਕਹਿ ਦਿੱਤਾ ਉੱਥੀ ਮੀਨਾ ਲੜ ਗਿਆ ਮੈਂ ਉਹ ਚੀਜ਼ ਨੂੰ ਨਹੀਂ ਦੇਖਦਾ ਹੁੰਦਾ ਠੀਕ ਹੈ ਮੇਰਾ ਧਿਆਨ ਇਕਦਮ ਪਿੱਛੇ ਚੱਲ ਜਾਂਦਾ ਇਦਾਂ ਵੀ ਇਹ ਜਿਹੜੀ ਇਹ ਗੱਲ ਕਹੀ ਆ ਸੱਸ ਨੇ ਠੀਕ ਹੈ ਇਦੇ ਪਿੱਛੇ ਕਾਰਨ ਕੀ ਆ ਜੋ ਤੁਸੀਂ ਉਹ ਦੇਖਦੇ ਆ ਨਾ ਤੁਸੀਂ ਇੱਕਦਮ ਸਿੱਟੇ ਤੇ ਪਹੁੰਚ ਜਾਂਦੇ ਆ ਕਿ ਖੁਦਗਰਜ਼ੀ ਆ ਸਵਾਰਥ ਆ ਉਹਦਾ ਉਹ ਕੁਸ਼ ਹੈਗਾ ਆ ਘਰ ਦੇ ਵਿੱਚ ਜਿਹੜਾ ਉਹ ਆਪਣੀ ਕੁੜੀ ਨੂੰ ਧੋਣਾ ਚਾਹੁੰਦੀ ਆ ਜਾਂ ਨੋ ਨੇ ਕੋਈ ਆਬਜੈਕਸ਼ਨ ਕੀਤਾ ਪਰ ਉਸੇ ਪਤਾ ਲੱਗ ਜਾਂਦਾ ਵੀ ਦੇਖੋ ਇੱਥੇ ਹੁਣ ਨਣਾਨ ਦਾ ਰਿਸ਼ਤਾ ਹੋ ਰਿਹਾ ਸੀ ਪਰ ਨੋ ਚਾਹੁੰਦੀ ਆਪਣੀ ਭੈਣ ਨੂੰ ਕਰਾਉਣਾ ਹੂ ਉਹ ਗੱਲ ਉਹ ਕਹੀ ਕਿਦਾਂ ਆ ਉਹਨੇ ਚਾਹ ਦਾ ਕੱਪ ਢੋਕ ਜਾਨੀ ਚੰਗੀ ਤਰ੍ਹਾਂ ਨਹੀਂ ਪੁੱਛਿਆ ਸੱਸ ਨੇ ਚਾਹ ਦਾ ਕੱਪ ਢੋਲ ਦਿੱਤਾ ਉਲੜ ਉਹ ਉਹ ਸਵਾਲ ਨਹੀਂ ਆ ਸਵਾਲ ਇਹ ਆ ਕਿ ਜਿਹੜੀ ਇਹ ਘਟਨਾ ਜਦੋਂ ਵਾਪਰੀ ਆ ਉਹ ਤੋਂ ਪਹਿਲਾਂ ਹੋਇਆ ਕੀ ਆ ਹੋਇਆ ਇਹ ਆ ਕਿ ਬਹੁਤ ਸੋਹਣਾ ਮੁੰਡਾ ਸੀ ਬੋਟੀ ਆ ਉਹਦੇ ਘਰ ਵਾਲੇ ਨੂੰ ਜਾਣਦਾ ਮੁੰਡਾ ਬਾਹਰਲੇ ਮੁਰਖຊੋਂ ਆਇਆ ਅਮੀਰ ਘਰ ਦਾ ਮੁੰਡਾ ਆ ਸੱਸ ਨੇ ਸੋਚਿਆ ਕਿ ਕੁੜੀ ਵਿਆਹ ਦੇਈਏ ਸੀ ਪਰ ਤੀਵੀ ਉਹਦੀ ਨੋ ਚਾਹੁੰਦੀ ਆ ਮੈਂ ਆਪਣੀ ਭੈਣ ਦਾ ਰਿਸ਼ਤਾ ਕਰਿਆ ਠੀਕ ਹੈ ਹੁਣ ਜਿਹੜੇ ਲੀਡਰ ਇਦਾਂ ਖੁਦਗਰਜ਼ੀ ਲੈ ਕੇ ਸਵਾਰਥ ਲੈ ਕੇ ਬੈਠੇ ਆ ਉਹ ਕੀ ਕਰਨਗੇ ਉਹ ਦੇਖਣਗੇ ਕਿ ਵੋਟਾਂ ਚ ਜਿੱਤਣ ਲਈ ਮੈਨੂੰ ਚਾਹੀਦੀਆਂ ਵੋਟਾਂ ਹੁਣ ਵੋਟਾਂ ਪਹਿਲੀ ਗੱਲ ਤਾਂ ਖੜੇ ਹੋਣ ਨੇ ਪੈਸਾ ਚਾਹੀਦਾ ਆ ਫਿਰ ਇਲੈਕਸ਼ਨ ਲੜਨੀਆਂ ਫਿਰ ਜਿੱਤਣ ਲਈ ਵੋਟਾਂ ਚਾਹੀਦੀਆਂ ਮੈਨੂੰ ਠੀਕ ਹੈ ਹੁਣ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਜੇ ਮੈਂ ਇਹਨਾਂ ਨੂੰ ਜਾ ਕੇ ਉਕਸਾਵਾਂ ਤੇ ਤੁਹਾਡੇ ਨਾਲ ਆ ਤੱਕਾ ਹੋਇਆ ਤੁਹਾਡੇ ਨਾਲ ਆ ਹੋਇਆ ਠੀਕ ਹੈ ਹੁਣ ਰਾਏਪੁਰ ਬੱਲਾ ਅਸੂਤੋਸ਼ نورਮਲ सिरसा ਗੁਰਮੀਤ RAM ਰਹੀਮ ਵਿਆਸ ਰਾਸ ਖੋਮੀਆਂ ਦਾ ਮੁਖੀ ਤੇ ਗੁਰੂ ਸਾਹਿਬ ਦਾ ਟਾਈਮ ਹੋਇਆ ਇਦਾਂ ਹੀ ਉਸ ਵੇਲੇ ਵੀ ਕਰਤਾਰਪੁਰ ਖਡੂਰ ਗੋਂਦਵਾਲ ਅੰਮ੍ਰਿਤਸਰ ਜਿੱਦਾਂ ਬਿਆਸ ਰਾਏ ਪਰਬੰਲਾ ਇਦਾਂ ਹੀ ਹੋਇਆ ਉਸ ਵੇਲੇ ਫਰਕ ਨਾਸੀਪਈ ਉਹਨਾਂ ਦੇ ਦਿਮਾਗ ਵਿੱਚ ਇਹ ਹੈ ਸੀਪੇ ਲੋਕਾਂ ਨਾਲ ਧੱਕਾ ਹੋ ਰਿਹਾ ਖੰਡਣਾ ਚਾਹੀਦਾ ਠੀਕ ਹੈ ਇਹ ਉਹ ਲੋਕ ਆ ਜਿਨ੍ਹਾਂ ਨੂੰ ਇਦਾਂ ਲੱਗਦਾ ਪਈ ਇਹਨਾਂ ਲੋਕਾਂ ਦੇ ਨਾਲ ਧੱਕਾ ਹੋਇਆ ਆ ਇਹਨਾਂ ਨੂੰ ਅਕਸਾ ਕੇ ਵਰਤਿਆ ਜਾ ਸਕਦਾ ਹੈ ਇਹਨਾਂ ਦੇ ਅੰਦਰ ਇੱਕ ਤਿੱਲੀ ਬਾਲੀ ਜਾ ਸਕਦੀ ਆ ਪਈ ਤੁਹਾਡੀਆਂ ਨੋਹਾਂ ਧੀਆਂ ਦੇ ਨਾਲ ਆ ਕੁਝ ਕਰਦੇ ਹੁਣ ਜਦੋਂ ਨਾ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਆ ਸਾਨੂੰ ਇਸ ਗੱਲੋਂ ਸੋਚ ਕੇ ਠੀਕ ਆ ਮਾਣ ਹੁੰਦਾ ਸਾਨੂੰ ਲੱਗਦਾ ਸਾਡਾ ਆਪਣਾ ਰਾਜ ਹੋਇਆ ਗੱਲਾਂ ਸਾਰੀਆਂ ਠੀਕ ਆ ਜਦੋਂ ਉਹਨੂੰ ਚੱਕ ਕੇ ਸੀ ਸਿੱਖ ਰਾਜ ਗੁਰੂ ਸਾਹਿਬ ਦੇ ਨਾਲ ਬੁਢਿਆਉਣ ਲੱਪੇ ਨੇ ਨਾ ਤਾਂ ਉਦੋਂ ਇੱਕਦਮ ਤੁਹਾਨੂੰ ਫਰਕ ਪਤਾ ਲੱਗ ਜਾਣਾ ਤੇ ਉੱਥੇ ਰਾਜ ਲੈਣ ਦੀ ਗੱਲ ਨਹੀਂ ਸੀ ਜਿਹੜਾ ਬੰਦਾ ਕਿਸੇ ਨਾ ਹੋਰ ਹੈ ਧੱਕੇ ਤੇ ਉਹਦੇ ਦਰਦ ਨੂੰ ਲੈ ਕੇ ਉਹਦੇ ਦੁੱਖ ਨੂੰ ਮਹਿਸੂਸ ਕਰਕੇ ਸਟੈਂਡ ਲੈਂਦਾ ਆ ਉਦੇ ਲਈ ਹੋ ਸਕਦਾ ਗੁਰਨਾਨਕ ਦੇਵ ਜੀ ਦੇ ਲਈ ਹੋ ਸਕਦਾ ਆ ਚਾਹੇ ਬਾਬਰ ਸੀ ਹਮਾਇੂ ਸੀ ਅਕਬਰ ਸੀ ਜਹਾਂਗੀਰ ਸੀ ਤੇ ਗੁਰੂ ਸਾਹਿਬ ਨੇ ਆਵਾਜ਼ ਉਠਾਈ ਆ ਹੋ ਸਕਦਾ ਸੀ ਕਿਸੇ ਸਟੇਜ ਤੇ ਜਾ ਕੇ ਲੋਕ ਖੜੇ ਹੋ ਜਾਂਦੇ ਕਿਸੇ ਸਟੇਜ ਤੇ ਜਾ ਕੇ ਉਹਨਾਂ ਦੀ ਫੌਜ ਨੂੰ ਲੱਗਦਾ ਕਿ ਨਹੀਂ ਨਹੀਂ ਇਹ ਬੰਦੇ ਗਲਤ ਆ ਆ ਸਹੀ ਆ ਫੌਜ ਵੱਢੀ ਹੋ ਜਾਂਦੀ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜਬੀਲੇ ਬਣਿਆ ਹੋ ਸਕਦਾ ਤੀਜੇ ਚੌਥੇ ਪਾਸ਼ਾ ਤੱਕ ਆਉਂਦਿਆਂ ਆਉਂਦਿਆਂ ਬਹੁਤ ਵੱਡੀ ਹਕੂਮਤ ਖੜੀ ਹੋ ਜਾਂਦੀ ਫੇ ਵੀ ਉਹ ਰਾਜ ਨਿਆ ਦਾ ਹੋਣਾ ਸੀ ਕਿਉਂਕਿ ਉਹਨਾਂ ਦੇ ਅੰਦਰ ਉੱਥੇ ਵੱਸਣ ਵਾਲੇ ਲੋਕਾਂ ਦੇ ਪ੍ਰਤੀ ਦਰਦ ਸੀ ਹੋ ਸਕਦਾ ਆ ਉਹਨਾਂ ਦਾ ਰਾਜ ਖੜਾ ਹੋ ਜਾਂਦਾ ਹੋ ਸਕਦਾ ਆ ਉਹ ਉਹਨਾਂ ਨੂੰ ਫੜ ਕੇ ਤਵੀ ਤੇ ਉਠਾਦਾ ਜਿਹੜਾ ਕਿਸੇ ਦੇ ਦਰਦ ਲਈ ਖੜਾ ਹੁੰਦਾ ਹੈ ਨਾ ਉਹਨੂੰ ਜਦੋਂ ਨਾ ਗੁਰਬਾਣੀ ਦੀ ਪੰਕਤੀ ਆਉਂਦੀ ਆ ਜੇ ਤਖਤ ਬਸਾਲੇ ਤਾਂ ਤੇਰੀ ਉਪਮਾ ਕੁਸ਼ਦਾ ਆ ਜੇ ਮਾਰ ਕੱਢੇ ਬੀਤੀ ਆਈ ਜੇ ਸੁਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਬਨਾਈ ਹਰ ਜੀਉ ਤੇਰੀ ਦਾਤੀ ਰਾਜਾਂ ਜੇ ਤਖਤ ਮਿਲ ਜਾਏ ਤਾਂ ਮੈਂ ਢੀਕਿਆ ਜੇ ਉੱਜੜ ਜਾਮਾ ਤਾਂ ਮੈਂ ਮੈਨੂੰ ਕਿਉਂਕਿ ਮਕਸਦ ਜਿਹੜਾ ਆ ਉਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਲੱਗਦਾ ਕੀ ਹੁੰਦਾ ਵੀ ਇੱਥੇ ੱਤਕਾ ਹੋਇਆ ਇੱਥੇ ਮੈਂ ਬੋਲਣਾ ਜੇ ਲੋਕ ਖੜ ਗਏ ਹਿੰਮਤ ਕਰ ਗਏ ਅਗਲਾ ਲਿਫ ਗਿਆ ਤਾਂ ਤੁਹਾਡਾ ਰਾਜ ਹੋ ਗਿਆ ਜੇ ਉਹਦਾ ਯੋਰ ਪਹਿ ਗਿਆ ਲੋਕ ਕ੍ਰਿਤਕਣ ਨਿਕਲੇ ਬੇਵਫਾ ਨਿਕਲੇ ਲਾਇਲ ਨਾ ਹੋਏ ਨਾ ਖੜੇ ਹੋਏ ਪ੍ਰਿਥੀ ਚੰਦ ਨਿਕਲੇ ਸ਼੍ਰੀ ਚੰਦ ਨਿਕਲੇ ਤੇ ਅਗਲਾ ਚੱਕੇ ਤਵੀ ਤੇ ਬੁਠਾ ਦੇ ਜਾਂ ਚਾਂਦਨੀ ਚੌਕ ਦੇ ਵਿੱਚ ਬਿਠਾ ਕੇ ਸੀਸ ਕਤਲ ਕਰਦਾ ਉੱਥੇ ਕੈਲਕੂਲੇਸ਼ਨ ਨਹੀਂ ਹੁੰਦੀ ਪਰ ਆਹ ਜਿਹੜਾ ਵਿਆਸ ਬੱਲਾ ਚੌਂਕ ਮੇਤਾ ਖਿਆਲ ਰੱਖਿਓ ਜਿੰਨੇ ਖਤਰਨਾਕ ਸਾਡੇ ਲਈ ਵਿਆਸ ਡੇਰਾ ਵਿਆਸ ਬੱਲਾ ਜਾਂ ਸਰਸਾਇਆ ਨਾ ਗੁਰਮੀਤ RAM ਰਹੀਮੀਆਂ ਉਹਨੇ ਹੀ ਖਤਰਨਾਕ ਦਮਤ ਮੀਟਕ ਸਾਲ ਅਖੰਡਕੀਰਤਨੀ ਜਥਾ ਇਹ ਆ ਕਿਉਂਕਿ ਇਹ ਸਾਰੇ ਕਿਤੇ ਨਾ ਕਿਤੇ ਜੜੀ ਇੱਕ ਉਹ ਆ ਜਿਹੜੇ ਜਿਨ੍ਹਾਂ ਨੇ ਇਹ ਦੇਖਿਆ ਪੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਲੋਕ ਇਕੱਠੇ ਹੁੰਦੇ ਆ ਪਰ ਵਿਚਾਰਧਾਰਾ ਦੇਣੇ ਵਾਲਾ ਤਾਂ ਲੀਡਰ ਹੀ ਆ ਜੇ ਇਦਾਂ ਅਸੀਂ ਆਪਣੀ ਵੱਖਰੀ ਵਿਚਾਰਧਾਰਾ ਦੇ ਦੀ ਤੇ ਲੋਕਾਂ ਨੇ ਇਕੱਠੇ ਉਸ ਉਹ ਸ਼ਰੀਕ ਬਣ ਕੇ ਬਹਿ ਗਏ ਤੇ ਦੂਜੇ ਉਹ ਆ ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਲੋਕ ਇਕੱਠੇ ਹੁੰਦੇ ਆ ਮੈਂ ਕਿਉਂ ਨਾ ਕਿ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਲੋਕਾਂ ਨੂੰ ਇਕੱਠੇ ਕਰਕੇ ਸਵਾਰਥ ਕੱਢਾਂ ਆਪਣਾ ਹੁਣ ਇਹ ਟਕਸਾਲ ਨਾਨਕ ਸਰ ਅਖੰਡ ਕੀਰਤਨੀ ਜਥਾ ਇਹ ਉਹ ਖੁਦਗਰਜ਼ ਲੋਕ ਆ ਇਹਨਾਂ ਨੂੰ ਜੇ ਅਸੀਂ ਗੁਰੂ ਸਾਹਿਬ ਦੀ ਗੱਲ ਕਰੀਏ ਨਾ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਦੀ ਕੌਮ ਦੀ ਨੇਸ਼ਨ ਦੀ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਇਹ ਸਾਰੇ ਉਹ ਆ ਜਿਹੜੇ ਜਦੋਂ ਹੁਣ ਇਹ ਗੱਲ ਕਰਦਾ ਨਾ ਜੇ ਮਜ਼ੂਮਦਾਰ ਦੀ ਉਸ ਲੀਡਰ ਦੀ ਵੀ ਨੈਕਸਟ ਸਲਾਈਡ ਲਹਿਰ ਦੇ ਲੀਡਰ ਦੀ ਵੀ ਅਸੀਂ ਗੱਲ ਕਰਦੇ ਆ ਤੇ ਉਹ ਵੀ ਇਹ ਗੱਲ ਵੱਖਰੀ ਆ ਪਰ ਉਹਨਾਂ ਦੇ ਪਿੱਛੇ ਕਿੰਨੇ ਮੁਲਖ ਆ ਕਿੰਨੀਆਂ ਤਾਕਤਾਂ ਆ ਉਹ ਗੱਲ ਇੱਕ ਵੱਖਰਾ ਚੈਪਟਰ ਆ ਫਿਰ ਵੀ ਮੈਂ ਕਹਿੰਦਾ ਪੋਸੀਬਲ ਆ ਕਿ ਉਹਨਾਂ ਲੋਕਾਂ ਦੇ ਅੰਦਰ ਇਹ ਇਮਾਨਦਾਰੀ ਹੋਵੇ ਕਿ ਅਸੀਂ ਜਿਹੜਾ ਡੈਮੋਕ੍ਰੇਸੀ ਦੇ ਨਾਂ ਦੇਤੇ ਇਹ ਸਰਕਾਰ ਇੱਕ ਡਿਕਟੇਟਰਸ਼ਿਪ ਕਰ ਰਹੀ ਆ ਅਸੀਂ ਉਹ ਚੱਲਣ ਨਹੀਂ ਦੇਣੀ ਅਸੀਂ ਚਾਹੁੰਦੇ ਆ ਪਿਓਰ ਸਮਾਜਵਾਦ ਆਵੇ ਪਰ ਜਿਹੜੇ ਸਾਡੇ ਵਿੱਚ ਲੋਕ ਆ ਇਹ ਮੌਕਾ ਦੇਖਦੇ ਆ ਕਿਸਾਨ ਮੋਰਚੇ ਵੇਲੇ ਜਿੱਦਾਂ ਦੇ ਹਾਲਾਤ ਬਣੇ ਸੀ ਜਿੱਦਾਂ મોદી ਨੇ ਉਹਨਾਂ ਦਾ ਇੱਕ ਮਕਸਦ ਸੀ ਕਿਸਾਨਾਂ ਨੂੰ ਖੁੱਲ੍ਹ ਦਿੱਤੀ ਸੀ ਉਦੋਂ ਵੀ ਗੱਲ ਕਰਦੇ ਸੀ ਕਿ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਦਿੱਲੀ ਤੋਂ ਜੰਮੂ ਕਸ਼ਮੀਰ ਐਡੀ ਦੂਰ ਜਾ ਕੇ ਉਹਨਾਂ ਨੇ ਇੰਟਰਨੈਟ ਵੀ ਬੰਦ ਕਰ ਦਿੱਤਾ ਔਰ ਮੁੱਢ ਪਾਕਿਸਤਾਨਿਆ ਜਿੱਥੋਂ ਪਰਲੇ ਪਾਸੇ ਚਾਈਨਾ ਉੱਥੋਂ ਅਟੈਕ ਦਾ ਖਤਰਾ ਆ ਉਹਦੇ باوجود ਕੋਈ ਪ੍ਰਵਾਹ ਨਹੀਂ ਕੀਤੀ ਨਾ ਤੇ ਪੰਜਾਬ ਤੋਂ ਦਿੱਲੀ ਨੂੰ ਕਿਦਾਂ ਚਲ ਗਿਆ ਲੋਕ ਇੱਥੇ ਇੱਥੇ ਬੈਰੀਅਰ ਕਿਉਂ ਨਹੀਂ ਲਾਇਆ ਪੰਜਾਬ ਦਾ ਇੰਟਰਨੈਟ ਬੰਦ ਕਿਉਂ ਨਹੀਂ ਕੀਤਾ ਦਿੱਲੀ ਦੀਆਂ ਸੜਕਾਂ ਤੋਂ ਕਿਉਂ ਨਹੀਂ ਚੱਕ ਕੇ ਸੱਟਿਆ ਉਸ ਨਾਲ ਕੁਝ ਦਾਅਲ ਚਕਾਲਾ ਸੀ ਤੁਹਾਨੂੰ ਹੋਰ ਦੱਸਾਂ ਠਹਿਰ ਕੇ ਸਮਝਾਜੂ ਅਸੀਂ ਜਿਹੜੀ ਕੌਮ ਨਾ ਜਿੱਥੇ મોદી ਉੱਠਿਆ ਹੈ ਨਾ ਜਿੱਥੋਂ ਉਹ ਉਹ ਕੌਮ ਆ ਜਿਹਦੇ ਬਾਰੇ ਇਹ ਕਿਹਾ ਜਾਂਦਾ ਪਈ ਹਜ਼ਾਰ ਸਾਲ ਪਹਿਲ ਆਪਾਂ ਪੜਦੇ ਆ ਨਾ ਚਣਕੀਆ ਬਾਰੇ ਕੋੜ ਨੇ ਲਿਖਿਆ ਕਹਿੰਦਾ ਬੱਚਾ ਸਕੂਲ ਜਾਂਦਾ ਸੀ ਸਕੂਲ ਜਾਂਦੇ ਜਾਂਦੇ ਦੀ ਧੋਤੀ ਇੱਕ ਝਾੜੀ ਦੇ ਵਿੱਚ ਛੋਟੇ ਜਿਹੇ ਬੂਟੇ ਦੇ ਵਿੱਚ ਕੰਡਿਆਂ 'ਚ ਫਸ ਗਈ ਸੁਭਾਅ ਉਹਦਾ ਬੜਾ ਗਸੈਲਾ ਸੀ ਤੇ ਦੇਖਣ ਵਾਲੇ ਨੇ ਸੋਚਿਆ ਪిల్లా ਹੁਣ ਜਿਹੜੇ ਆਲੇ ਦੁਆਲੇ ਨਿਆਣੇ ਸੀ ਉਹ ਕਿੰਛ ਕਹਿੰਦੇ ਹੁਣ ਤਮਾਸ਼ਾ ਦੇਖ। ਜਦੋਂ ਕੁਝ ਹੁੰਦਾ ਹੈ ਤਾਂ ਇਹ ਤੋਂ ਵਿਰੋਧ ਸਹਿ ਨਹੀਂ ਹੁੰਦਾ। ਟੋਕੇ ਜਾਣਾ ਬਰਦਾਸ਼ਤ ਨਹੀਂ ਕਰਦਾ ਇਹ ਮਾਰਨ ਕੁੱਟਣ ਤੱਕ ਜਾਂਦਾ ਹੁਣ ਤੁਸੀਂ ਦੇਖਿਓ ਕੀ ਬਣਦਾ। ਮੋੜੇ ਕੰਡਿਆਲੀ ਝਾੜੀ ਆ ਆਲੇ ਦੁਆਲੇ ਬੰਦਾ ਤਾਂ ਹੈ ਕੋਈ ਨਹੀਂ। ਇਨ ਨੂੰ ਲੱਤਾ ਮਾਰਨੀ ਆਨ ਗੁੱਸੇ ਹੋ ਕੇ ਫਰਸਟ੍ਰੇਟ ਹੋ ਕੇ ਤਾਂ ਕੱਪੜੇ ਪਾੜੂਗਾ ਆਪਣੇ ਹੁਣ ਹੋਇਆ ਕੀ ਉਹ ਉੱਥੋਂ ਆਪਣੀ ਨੂੰ ਤੋਤੀ ਕੱਢੀ ਬੈਠ ਕੇ ਆਲਾ ਦਵਾਲਾ ਦੇਖਿਆ ਉਹਦਾ ਉੱਥੋਂ ਨਿਕਲ ਗਿਆ ਚਲਾ ਗਿਆ ਸਕੂਲ ਤੋਂ ਆਇਆ ਉਹਦੇ ਹੱਥ ਵਿੱਚ ਇੱਕ ਭਾਂਡਾ ਇੱਕ ਜੱਗ ਪਾਣੀ ਦਾ ਭਰਿਆ ਹੋਇਆ ਉਹ ਉਹਨੂੰ ਛਾੜੀ ਦੇ ਮੁੱਢ ਪਾਣੀ ਪਾ ਕੇ ਨਿਕਲ ਗਿਆ ਤੇ ਅਗਲੇ ਹੈਰਾਨ ਹੋ ਗਿਆ ਰੋ ਸਕੂਲ ਜਾਵੇ ਇੱਕ ਜੱਗ ਜਾਂਦਾ ਹੋਇਆ ਪਾ ਜਵੇ ਕੋਹਦਾ ਹੋਇਆ ਪਾ ਜਵੇ ਬੱਕੀ ਵੀ ਹੈਰਾਨ ਤੇ ਉਹ ਕਹਿੰਦੇ ਹਫ਼ਤੇ ਬਾਅਦ ਉਹ ਆਇਆ ਇੱਦਾਂ ਜਾ ਕੇ ਉਹਨੂੰ ਟੋਕੇ ਦੇਖਿਆ ਉਹਨੂੰ ਮੁੱਢ ਤੋਂ ਹੱਥ ਪਾਇਆ ਹੱਥ ਪਾ ਕੇ ਤਾਂ ਪੱਟ ਕੇ ਭਰੇ ਜੜ ਤੋਂ ਪੱਟ ਕੇ ਪਰੇ ਰੱਖ ਦਿੱਤੀ ਉਹਨੇ ਚਾਣਕੀਆ ਕੰਨੇ ਸੀ ਉਹਨਾਂ ਵੇਲੇ ਕਿਹਾ ਜਾਂਦਾ ਪੇ ਸੰਕੜੇ ਸਾਲਾਂ ਤੋਂ ਜਦੋਂ ਮੁਗਲਾਂ ਦਾ ਰਾਜ ਸੀ ਉਦੋਂ ਵੀ ਉਹ ਕਹਿੰਦੇ ਇਦਾਂ ਹੁੰਦੀ ਸੀ ਕਿ ਇਦਾਂ ਕਿਤੇ ਕਿਲਾ ਬਣਨ ਲੱਗਾ ਕਿਤੇ ਬਿਲਡਿੰਗ ਬਣਨ ਲੱਗੀ ਆ ਕੁਝ ਹੋਣ ਕੁਝ ਹੋਣ ਲੱਗਾ ਤੇ ਇਕਲਾ ਤੁਰਿਆ ਜਾਂਦਾ ਤੁਰਿਆ ਜਾਂਦਾ ਜਾਂਦਾ ਕੁਝ ਛੋਟਾ ਜਿਹਾ ਇਦਾਂ ਦਰਸ਼ੂ ਲਿਆ ਕੁਝ ਹੋਰਿਆ ਹਿੰਦੂ ਧਰਮ ਦਾ ਕੁਝ ਚਿੰਨਿਆ ਇਦਾਂ ਉਹ ਇਦਾਂ ਸਿੱਟ ਕੇ ਚਲਾ ਗਿਆ ਪੁੱਛਿਆ ਕਿਸੇ ਨੇ ਵੀ ਇਹ ਕੀ ਕਿੰਦਾ ਟਾਈਮ ਆਉ ਪਤਾ ਲੁ ਕੋ ਹਮੇਲਾ 500 ਸਾਲ ਬਾਅਦ 1000 ਸਾਲ ਬਾਅਦ ਕਿਤੇ ਅਰਥ ਕੋਈ ਕਾਇਆ ਕੁਝ ਹੋਇਆ ਬਿਲਡਿੰਗ ਟੱਠੀ ਨੀ ਦੇ ਵਿੱਚੋਂ ਨਿਕਲਿਆ ਉਹ ਅਸੀਂ ਤੁਸੀਂ ਲੋਕ ਜਿਹੜੇ ਹੁਣ ਇਟਲੀ ਚ ਰਹਿੰਦੇ ਆ ਮੰਨ ਲਓ ਉੱਥੇ ਕੋਈ ਬਿਲਡਿੰਗ 400 ਸਾਲ ਪੁਰਾਣੀ ਬਿਲਡਿੰਗ ਹੋਵੇ ਉਹਦੇ ਥੱਲੇੋਂ ਖੰਡਾ ਨਿਕਲਿਆ ਵੀ ਉਹਦੇ ਥੱਲੇੋਂ ਕਿਤੇ ਖੜਾ ਅਸੀਂ ਤਾਂ ਬਹੁਤ ਤੇ ਪੁਰਾਣੀ ਹੈ ਨਹੀਂ ਹੁਣ ਹਿੰਦੂ ਧਰਮ ਤਾਂ ਹਜ਼ਾਰਾਂ ਸਾਲ ਪੁਰਾਣਾ ਹੈ ਉਹ ਤਾਂ 5000 ਸਾਲ ਪੁਰਾਣੀ ਗੱਲ ਕਰ ਰਹੇ ਆਪਾਂ ਇਹ ਤਾਂ ਜੁਗਾਂ ਦੀ ਗੱਲ ਕਰਦੇ ਆ ਜੁਵਨ ਲਵ 150 ਸਾਲ ਪਹਿਲਾਂ ਇੰਗਲੈਂਡ ਵਿੱਚ ਕੋ ਚਰਚ ਬਣਿਆ ਹੋਵੇ ਚਰਚ ਢਾਉ ਤੁਸੀਂ ਇਦਾਂ ਉੱਥੇ ਨਿਆਣੀ ਢਾਉਣ ਉਹਦੇ ਥੱਲਿਓਂ ਕੋ ਸਾਡਾ ਕੋ ਸ੍ਰੀ ਸਾਹਿਬ ਗੱਤਰੇ ਵਾਲੀ ਨਿਕਲੇ ਆਵੇ ਇਦਾਂ ਗੱਤਰਾਤ ਨਹੀਂ ਹੋਊਗਾ ਸ੍ਰੀ ਸਾਹਿਬ ਹੋਵੇ ਸਟੀਲ ਦੀ ਸਟੇਨਲਸ ਸਟੀਲ ਦੀ ਰਸ ਨਾ ਪਿਆ ਹੋਵੇ ਇੱਕਦਮ ਅਸੀਂ ਕਹਾਂਗੇ ਨਾ ਪਈ ਦਾ ਮੌਲ ਇੱਥੇ ਸਿੱਖ ਉਦੋਂ ਹੁੰਦੇ ਸੀ ਸਿੱਖ ਠੀਕ ਹੈ ਉਹ ਉਹਨਾਂ ਦੇ ਨਾਲ ਵਾਹ ਆ ਸਾਡਾ ਅਸੀਂ ਇਦਾਂ 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 ਆਪਣੇ ਆਪ ਨੂੰ ਇਨੇ ਛਾਤਰਨਾ ਸਮਝੀਏ ਕਿ ਜੇ ਕੋਈ ਸਾਹਮਣੇ ਇਦਾਂ ਹੋ ਗਿਆ ਤਾਂ ਝੁੱਕ ਹੀ ਗਿਆ ਹੋ ਨਹੀਂ